ਤੇ 2 ਸਾਲ ਦੇ ਗੈਪ ਦੇ ਨਾਲ ਸਾਈਨਿਵਰਸਿਟੀ ਦਾ ਵੀਜ਼ਾ ਲਵਾਤਾ ਤੁਹਾਡੀ ਹੱਥ ਤੇ ਕੰਸਰ ਹੋਇਆ ਆ ਮੈਂ ਚੌਥਾ ਵੀਜ਼ਾ ਤੁਹਾਡੇ ਕੋਲ ਲਗਵਾਇਆ 8ਵਾਂ ਵੀਜ਼ਾ ਲਗਵਾਇਆ 10ਵਾਂ ਵੀਜ਼ਾ ਲਗਵਾਇਆ ਮਾਰਾ ਤੁਹਾਨੂੰ ਜ਼ਿਆਦਾ ਦੇਵੇ ਹਾਂਜੀ ਤੁਹਾਨੂੰ ਜੋਬ ਵੀ ਤੁਹਾਡੀ ਕਾਮਯਾਬੀ ਤਰੱਕੀਆਂ ਦੇ ਵੀ ਸਰ ਨਮਸਕਾਰ ਜੀ ਹਾਂਜੀ ਜੀ ਸਿੰਘ ਤੁਹਾਡੇ ਤੁਸੀਂ पहले क्यों नहीं आए ਪਹਿਲਾ ਸਰ ਇਦਾਂ ਹੈ ਵੀ ਅਸੀਂ ਨਜ਼ਦੀਕ ਕਰਕੇ ਫਗਵਾੜੇ ਚਲੇ ਗਏ ਸੀ ਇਹ ਹਮੇਸ਼ਾ ਹੁੰਦਾ ਸਰ ਮੈਂ ਹਮੇਸ਼ਾ ਚੀਜ਼ ਕਹਿਣਾ ਹੁੰਦਾ ਕਿ ਹਮੇਸ਼ਾ ਕਲਾਈਮੇਟ ਨੇ ਹੁੰਦਾ ਕਿ ਆਪਣੇ ਲੋਕਲ ਸਿਟੀ ਦੇ ਵਿੱਚ ਅਸੀਂ ਦੇਖ ਲਈਏ ਬਿਕੋਜ਼ ਆਫ ਕਿ ਲੱਖਾਂ ਰੁਪਏ ਦੀ ਗੱਲ ਹੁੰਦੀ ਹੈ ਕਿ ਗੱਲ ਨੂੰ ਲੱਖਾਂ ਦਾ ਫੇਰ ਕਰਨਾ ਵੀਜ਼ਾ ਨਹੀਂ ਆਇਆ ਤਾਂ ਲੱਗਦਾ ਕਿ ਸ਼ਾਇਦ ਏਜੰਟ ਕੰਸਲਟੈਂਟ ਪੈਸੇ ਨਹੀਂ ਵਾਪਸ ਦੇਗਾ ਲੇਕਿਨ ਬਲੀਵ ਕਰਨਾ ਮੈਂ ਔਨ ਈਅਰ ਹੀ ਗੱਲ ਕਹਿ ਰਿਹਾ ਕੋਈ ਵੀ ਇੱਕ ਵੀ ਸਿੰਗਲ ਪਰਸਨ ਇਦਾਂ ਦਾ ਨਹੀਂ ਮਿਲੇਗਾ ਜਿਹੜਾ ਕਹੇਗਾ ਸਾਈਨ ਓਵਰਸੀਜ਼ ਨੇ ਮੇਰੇ ਪੈਸੇ ਮਾਰੇ ਮੇਰੇ ਪੈਸੇ ਨਹੀਂ ਮੈਨੂੰ ਵਾਪਸ ਦਿੱਤੇ ਇਵਨ ਜਿੰਨਾ ਬੱਚੇ ਦਾ ਪੈਸਾ ਲੱਗਦਾ ਸੀ ਅਗਰ ਕਿਸੇ ਬੱਚੇ ਦਾ ਵੈਸੇ ਤਾਂ ਮੈਂ ਚੈਲੰਜ ਕਰਦਾ ਸਾਡਾ ਵੀਜ਼ਾ ਰਿਫਿਊਜ਼ ਹੁੰਦਾ ਨਹੀਂ ਖੁਦਾ ਨਾ ਖਾਸਤਾ ਕਦੀ ਕੋਈ ਕਿਸੇ ਸਾਲ ਕਿਤੇ 10 ਸਾਲ ਪਹਿਲੇ ਕੋਈ ਰਿਫਿਊਜ਼ ਹੋਇਆ ਵੀ ਹੋਏਗਾ ਤਾਂ ਕਦੀ ਵੀ ਅਸੀਂ ਬੱਚੇ ਦਾ ਲਾਸ ਨਹੀਂ ਹੋਣ ਦਿੱਤਾ ਕਿ ਜੋ ਉਹਦੀ ਫੀਸ ਹੈ ਪ੍ਰੋਪਰ ਅਸੀਂ ਮੰਗਵਾ ਕੇ ਦਿੰਦੇ ਹਾਂ ਔਰ 100% ਬੱਚੇ ਨੂੰ ਗਰੰਟੀ ਕਰਦੇ ਹਾਂ ਕਿ ਜਿਵੇਂ ਕਿ ਮੈਂ ਹਰ ਸ਼ੂਟ ਵਿੱਚ ਕਹਿ ਰਿਹਾ ਕਿ ਲਾਸਟ 3 ਇਅਰਸ ਵਿੱਚ ਇੱਕ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੈ ਸੋ ਇਹੀ ਰੀਜ਼ਨ ਹੈ ਕਿ ਹਰ ਬੱਚਾ ਉਹ ਦੇਖ ਕੇ ਸਾਡੇ ਕੋਲ ਅਪਲਾਈ ਕਰਦਾ ਤੇ ਮੈਂ ਦੱਸਣਾ ਸਰ ਤੁਸੀਂ ਵੀ ਇਹੀ ਰੀਜ਼ਨ ਸੀ ਕਿ ਫਗਵਾੜੇ ਗਏ महीने दो महीने बहुत वड्डी गल है क्योंकि चाहते साडा बच्चा उत्थे जावे ਤੇ ਹੁਣ ਸਰ ਫਿਰ ਆਪਾਂ ਪਹਿਲੇ ਸਰਚ ਕਰਕੇ ਲੱਭੀਏ ਤੁਹਾਡੇ ਬੇਟੀ ਦਾ ਵੀਜ਼ਾ ਹਾਂਜੀ ਚਲੋ ਸਰ ਵੀ ਕਾਫੀ ਪਾਸਪੋਰਟ ਹੈ ਤੁਸੀਂ ਕਿੰਨੇ ਜਾਣੇ ਐਫਰਟ ਕਰੋ ਦੇਖਿਆ ਪਹਿਲੇ ਕੌਣ ਲੱਭਦਾ ਹੈ ਦੇਖੋ ਸਾਰੇ ਦੇਖੋ ਪਾਪਾ ਨੇ ਸਰ ਜ਼ਿਆਦਾ ਵੇਟ ਹੀ ਨਹੀਂ ਕਰਵਾਈ ਬੇਟੀ ਨੂੰ ਆਇਆ ਨਾਲ ਹੀ ਲੱਭਤਾ ਵੀਜ਼ਾ ड्रीम पूरा होया अपने बेटे का अपलाई करांगे रिस्पोंसिबिलिटी होंदी है बहुत सारे क्लाइंट है जिहड़े कहिंदे सर कि साडा बच्चा तुहाडे कोल 3 साल पहले गया सी आ मैं चौथा वीजा तुहाडे कोल लगवाया 8वां वीजा लगवाया 10वां वीजा लगवाया कि साडा जिहड़ा कि हमेशा मैं कहना कि 100% सक्सेस रेट है आज फिर असीं पूरा बरकरार कीता है और सब की समय के देता है ਮਾਰਾ ਤੁਹਾਨੂੰ ਜ਼ਿਆਦਾ ਦੇਵੇ ਹਾਂਜੀ ਦੁੱਖੀ ਜੋਬ ਦੀ ਤੁਹਾਡੀ ਕਾਮਯਾਬੀ ਹੋਵੇ ਤੇ ਤਰੱਕੀਆਂ ਦੇ ਨਾਲ ਥੈਂਕ ਯੂ ਜੀ